ਸਾਡੇ ਟੀਚਰਸ ਮੈਂ ਤੱਕ ਜਦੋਂ ਤੋਂ ਸਿੱਖਿਆ ਮੰਤਰੀ ਕਿਹਾ ਮੈਂ ਹਮੇਸ਼ਾ ਕਹਿੰਦਾ ਰਿਹਾ ਕਿ ਹੁਣ ਤੱਕ ਇਸ ਮਹਿਕਮੇ ਨੇ ਸਿਰਫ ਮਾੜੀ ਖਬਰਾਂ ਸਿਰਫ ਧਰਨਿਆਂ ਕਰਕੇ ਮਸ਼ਹੂਰ ਸੀ ਮੈਂ ਤਾਂ ਹਮੇਸ਼ਾ ਇਹ ਗੱਲ ਕਹੀ ਇਹਨੂੰ ਸਿਰਫ ਧਰਨੇ ਵਾਲਾ ਮਹਿਕਮਾ ਸਮਝਿਆ ਗਿਆ ਇਹ ਤਾਂ ਦੇਖਿਆ ਨਹੀਂ ਗਿਆ ਕਿ ਕਿਹੜਾ ਟੀਚਰ ਹੈ ਜਿਹੜਾ ਸਕੂਲ ਛੁੱਟੀ ਹੋਣ ਤੋਂ ਬਾਅਦ ਵੀ ਸਕੂਲ 'ਚ ਹੀ ਰਹਿੰਦਾ ਆਪਣੀ ਤਨਖਾਹ ਵੀ ਡੋਨੇਟ ਕਰ ਉਹਨਾਂ ਦੀ ਕਹਾਣੀਆਂ ਕਦੀ ਨਹੀਂ ਬਾਹਰ ਆਈਆਂ ਤੁਹਾਡੇ ਸਾਹਮਣੇ ਨੇ ਜੀ ਇਹ ਜਿਹੜੇ ਹਰਿੰਦਰ ਜੀ ਨੇ ਇਹਨੇ ਨਹੀਂ ਸਕੂਲ ਅਤੇ ਇਸ ਤੋਂ ਪਹਿਲਾਂ 5 ਸਕੂਲ ਹੋਰ ਵਾਲੀਆ ਸਾਹਿਬ ਨੇ ਹੋਰ ਵੀ ਇੱਦਾਂ ਦੇ ਬਹੁਤ ਟੀਚਰ ਨੇ ਪੰਜਾਬ ਹਰ ਜ਼ਿਲ੍ਹੇ 'ਚ ਸਾਨੂੰ ਇੱਦਾਂ ਦੇ 5-7 ਟੀਚਰ ਮਿਲਣਗੇ ਜਿਹਨੇ ਆਪਣੇ ਬਲਬੂਤੇ ਪਿਛਲੀਆਂ ਸਰਕਾਰਾਂ ਨੇ ਕਦੀ ਕੋਈ ਸਾਰ ਵੀ ਨਹੀਂ ਲਈ ਕਦੀ ਕੋਈ ਆ ਕੇ ਵੀ ਨਹੀਂ ਦੇਖਿਆ ਪਰ ਆਪਣਾ ਆਪਣਾ ਫਰਜ਼ ਸਮਝਦੇ ਹੋਏ ਆਪਣਾ ਧਰਮ ਸਮਝਦੇ ਹੋਏ ਬੱਚਿਆਂ ਨਾਲ ਪਿਆਰ ਕਰਦੇ ਕਰਦੇ ਤੁਹਾਡੇ ਸਾਹਮਣੇ ਜੀ ਤੁਸੀਂ ਸਭ ਲੋਕਲ ਇੱਥੋਂ ਦੇ ਸਨਮਾਨਯੋਗ ਪੱਤਰਕਾਰ ਹੋ ਤੁਹਾਡੇ ਸਾਹਮਣੇ ਤੁਸੀਂ ਦੇਖਿਆ ਹੋਊਗਾ ਕੋਈ ਪ੍ਰਾਈਵੇਟ ਸਕੂਲ ਇੱਥੋਂ ਦਾ ਮੁਕਾਬਲਾ ਨਹੀਂ ਕਰ ਸਕਦਾ ਜੋ ਸਪੋਰਟਸ ਫੈਸਿਲਿਟੀਜ਼ ਇੱਥੇ ਮਿਲ ਰਹੀਆਂ ਉੱਥੇ ਜੋ ਮਰਜ਼ੀ ਕਰ ਲੈਣ ਇੱਦਾਂ ਦੀ ਨਾ ਪੜ੍ਹਾਈ ਨਾ ਇੱਦਾਂ ਦੀ ਖੇਡਾਂ ਦੀ ਸੁਵਿਧਾ ਤਾਂ ਅੱਜ ਮੈਂ ਪਟਿਆਲੇ ਆਇਆ ਸੀ ਤਾਂ ਮੈਨੂੰ ਇੱਛਾ ਹੋਈ ਕਿ ਮੈਂ ਕਿਉਂਕਿ ਚੰਗੇ ਸਕੂਲ ਦੇਖਾਂਗੇ ਤਾਂ ਕਿ ਇੱਦਾਂ ਦੇ ਮਾਡਲ ਸਭ ਜਗ੍ਹਾ ਇੰਪਲੀਮੈਂਟ ਕਰ ਸਕੀਏ ਪੰਜਾਬ ਦੇ ਸਾਰੇ 19,000 ਸਕੂਲ ਠੀਕ ਕਰਨੇ ਨੇ ਬਹੁਤ ਕਮੀਆਂ ਨੇ ਬਹੁਤ ਮਾੜਾ ਹਾਲ ਹੈ ਕਈ ਸਕੂਲਾਂ ਦਾ ਬਿਲਕੁਲ ਪਰ ਉਹਨੂੰ ਸੁਧਾਰਾਂਗੇ ਤਾਂ ਇੱਥੋਂ ਆਪਣੇ ਟੀਚਰਸ ਤੋਂ ਹੀ ਸਿੱਖਣ ਆਇਆ ਕਿ ਇਹਨਾਂ ਨੇ ਕਿਵੇਂ ਮੋਟੀਵੇਟ ਕੀਤਾ ਪਿੰਡ ਵਾਸੀਆਂ ਨੂੰ ਅਤੇ ਮੇਰੀ ਹੁਣ ਦੂਜੀ ਬੇਨਤੀ ਇਹ ਹੈ ਕਿ ਪਿੰਡ ਵਾਸੀਆਂ ਨੂੰ ਇਸ ਪਿੰਡ ਦੇ ਵਿੱਚ ਵੱਧ ਤੋਂ ਵੱਧ ਬੱਚੇ ਆਪਣੇ ਬੱਚੇ ਤੁਸੀਂ ਸਕੂਲ 'ਚ ਭੇਜੋ ਮੈਂ ਬਤੌਰ ਸਿੱਖਿਆ ਮੰਤਰੀ ਕਹਿ ਰਿਹਾ ਕੋਈ ਪ੍ਰਾਈਵੇਟ ਸਕੂਲ 'ਚ ਤੁਹਾਨੂੰ ਫੀਸਾਂ ਬਰਬਾਦ ਕਰਨ ਦੀ ਲੋੜ ਨਹੀਂ ਇਹ ਵਾਲਾ ਜਿਹੜਾ ਸਕੂਲ ਹੈ ਇੱਥੇ ਸਾਡੀ ਗਰੰਟੀ ਹੈ ਕਿ ਤੁਹਾਡਾ ਬੱਚਾ ਸਹੀ ਹੱਥਾਂ 'ਚ ਹੈ ਪੜ੍ਹਾਈ ਪੱਖੋਂ ਵੀ ਅਤੇ ਖੇਡਾਂ ਪੱਖੋਂ ਵੀ ਅਤੇ ਜ਼ਰੂਰ ਇੱਥੇ ਭੇਜੋ ਅਤੇ ਆਲੇ ਦੁਆਲੇ ਦੇ ਜਿੰਨੇ ਹੋਰ ਸਰਕਾਰੀ ਸਕੂਲ ਉਹਨਾਂ ਨੂੰ ਵੀ ਠੀਕ ਕਰਾਂਗੇ ਬਹੁਤ ਬਹੁਤ ਧੰਨਵਾਦ ਇੰਡੋਰ ਸਟੇਡੀਅਮ ਹੈ ਤੁਸੀਂ ਸਾਫ਼ ਸਫਾਈ ਦੇਖੋ ਜਿੰਮ ਦੇਖੋ ਵਾਸ਼ਰੂਮ ਦੇਖੋ ਪ੍ਰਾਈਵੇਟ ਸਕੂਲਾਂ ਦੇ ਵਾਸ਼ਰੂਮ ਵੀ ਇੰਨੇ ਸਾਫ਼ ਨਹੀਂ ਹੋਣਗੇ ਬੱਚਿਆਂ ਦਾ ਵਾਸ਼ਰੂਮ ਬਹੁਤ ਸਾਫ਼ ਹੈ ਵੈਂਡਿੰਗ ਮਸ਼ੀਨਾਂ ਨੇ ਸਾਡੇ ਸਾਹਮਣੇ ਦੇਖੋ ਗਰਾਊਂਡ ਹੋਕੀ ਇਸ ਵਾਰੀ ਬੱਚੇ ਖੇਡ ਰਹੇ ਨੇ ਕੋਚ ਖੁਦ ਇੰਟਰਨੈਸ਼ਨਲ ਪਲੇਅਰ ਰਹੇ ਨੇ ਹੋਕੀ ਦੇ ਸਾਡੇ ਅਤੇ ਉਹ ਆਪ ਟ੍ਰੇਨਿੰਗ ਦਿੰਦੇ ਨੇ ਇੱਥੋਂ ਦੇ ਹੈਡਮਿਸਟ੍ਰੈਸ ਬਹੁਤ ਚੰਗੇ ਨੇ ਤਾਂ ਇੱਕ ਪੂਰਾ ਸਟਾਫ ਹੈ ਅਤੇ ਜਦੋਂ ਤੁਸੀਂ ਕਿਸੇ ਵੀ ਇਮਾਰਤ 'ਚ ਵੜਦੇ ਹੋ ਤੁਹਾਨੂੰ ਉੱਥੋਂ ਪਤਾ ਲੱਗ ਜਾਂਦਾ ਉੱਥੇ ਦੀ ਜਿਹੜੀ ਕਿਰਨ ਹੈ ਤਾਂ ਸਕੂਲ 'ਚ ਜਿੱਦਾਂ ਤੁਸੀਂ ਵੜਦੇ ਹੋ ਤਾਂ ਪਤਾ ਲੱਗਦਾ ਕਿ ਬਹੁਤ ਪਾਕ ਪਵਿੱਤਰ ਅਤੇ ਇਸ ਜਗ੍ਹਾ 'ਤੇ ਕਿਰਪਾ ਇਸ ਕਰਕੇ ਆਪਣੇ ਬੱਚਿਆਂ ਨੂੰ ਇੱਥੇ ਜ਼ਰੂਰ ਕਿਵੇਂ ਲੱਗਦਾ ਕਿਸ ਤਰ੍ਹਾਂ ਦੇਖਦੇ ਹੋ ਜਿਵੇਂ ਪੰਜਾਬ ਦੇ ਟੀਚਰਾਂ ਨੂੰ ਦੇਖਣਾ ਚਾਹੀਦਾ ਜਿਸ ਤਰ੍ਹਾਂ ਇਹ ਮਿਹਨਤ ਕਰ ਰਹੇ ਨੇ ਸਾਰੇ ਮਿਹਨਤ ਕਰਨ ਲੱਗਦਾ ਸਾਰੇ ਦੇਖੋ ਜੀ ਮੈਂ ਤੁਹਾਨੂੰ ਇਹ ਦੱਸਦਾ 90% ਟੀਚਰ ਚੰਗੇ ਨੇ ਸਿਰਫ ਕੁਛ ਟੀਚਰ ਨੇ ਜਿਨ੍ਹਾਂ ਦਾ ਕੰਮ ਹੈ ਉਹਨਾਂ ਨੂੰ ਜੋ ਮਰਜ਼ੀ ਕਰ ਲਓ ਯੂਨੀ ਬਾਕੀ ਸਾਰੇ 90% ਟੀਚਰਸ ਮੈਂ ਜਾਣਦਾ ਬਹੁਤ ਮਿਹਨਤੀ ਨੇ ਉਹਨਾਂ ਦੀ ਕਹਾਣੀ ਅੱਜ ਤੱਕ ਨਹੀਂ ਆਈ ਟੀਚਰਸ ਬਹੁਤ ਚੰਗੇ ਨੇ ਜੀ ਸਿਰਫ ਕੁਛ ਬੰਦੇ ਇਸ ਮਹਿਕਮੇ ਨੂੰ ਬਦਨਾਮ ਕਰਦੇ ਨੇ ਮੈਜੋਰਿਟੀ ਚੰਗੇ ਨੇ ਅਤੇ ਉਹ ਪੜ੍ਹਾਉਂਦੇ ਨੇ ਕੋਲੋਂ ਬੱਚੇ ਨੂੰ ਵਰਦੀਆਂ ਵੀ ਲੈ ਕੇ ਕੋਈ ਵੱਧ ਕਰਦਾ ਕੋਈ ਘੱਟ ਕਰਦਾ ਬਹੁਤ ਚੰਗੇ ਨੇ ਜੀ ਅਤੇ ਲੋੜ ਹੈ ਕਿ ਹੁਣ ਉਹਨਾਂ ਦੇ ਕਰਕੇ ਹੀ ਆ ਜੋ ਵੀ ਅੱਜ ਤੁਸੀਂ ਦੇਖ ਰਹੇ ਹੋ ਸਿੱਖਿਆ ਦੇ ਮਹਿਕਮੇ 'ਚ ਸੁਧਾਰ ਆ ਰਿਹਾ ਉਹਨਾਂ ਦੇ ਬਲਵਾ ਆ ਰਿਹਾ ਪਿੱਛੇ ਛੁੱਟੀਆਂ ਅਸੀਂ ਔਨਲਾਈਨ ਕਲਾਸਾਂ ਲਾਈਆਂ ਸਵੇਰੇ ਬੱਚਿਆਂ ਨੂੰ ਫੋਨ ਕਰਦੇ ਨੇ ਬਹੁਤ ਚੰਗਾ ਕੰਮ ਸਭ ਤੋਂ ਵੱਧ ਬੱਚੇ ਸਟੇਟ ਖੇਡ ਚੁੱਕੇ ਨੇ ਸਕੂਲ ਦੇ ਲਈ ਹੋਰ ਤੁਹਾਡੇ ਵੱਲੋਂ ਮੈਂ ਆਊਂਗਾ ਜੀ ਮੈਂ ਕੋਸ਼ਿਸ਼ ਕਰੂੰਗਾ ਮੈਂ ਅੱਜ ਕਿਉਂਕਿ ਸਿਰਫ ਮੈਂ ਨਹੀਂ ਚਾਹੁੰਦਾ ਕਿ ਉਹ ਐਲਾਨਾਂ ਵਾਲਾ ਕੰਮ ਹੋਵੇ ਤਾਂ ਠੋਸ ਗੱਲ ਕਰੂੰਗਾ ਮੈਂ ਜਾ ਕੇ ਚੈੱਕ ਕਰੂੰਗਾ ਜੇ ਐਸਟ੍ਰੋਟਫ ਦਾ ਪ੍ਰੋਵੀਜ਼ਨ ਹੈ ਕਿਉਂਕਿ ਸਾਡੇ ਕੋਲ ਇੱਥੇ ਇੰਟਰਨੈਸ਼ਨਲ ਸਾਡੇ ਟੀਚਰ ਉਹਨੇ ਜੋ ਇੰਟਰਨੈਸ਼ਨਲ ਪਲੇਅਰ ਨੇ ਬੱਚੇ ਹੁਣ ਵੀ ਖੇਡ ਰਹੇ ਨੇ ਤਾਂ ਇਹ ਸਕੂਲ ਡਿਜ਼ਰਵ ਕਰਦਾ ਹੈ ਐਸਟ੍ਰੋਟਫ ਲਈ ਮੈਂ ਇਹਦੇ 'ਤੇ ਕੋਸ਼ਿਸ਼ ਕਰੂੰਗਾ ਅਤੇ ਮੇਰੀ ਦਿਲ ਦੀ ਇੱਛਾ ਹੋਗੀ ਕਿ ਇੱਥੇ ਐਸਟ੍ਰੋਟਫ ਲੱਗੇ ਵੀ ਜਿੰਨੇ ਖਸਤਾ ਹਾਲਤਾਂ ਕਿੰਨੀਆਂ ਕਿੰਨੀ ਗ੍ਰਾਂਟ ਆ ਰਹੀ ਹੈ ਬਹੁਤ ਗ੍ਰਾਂਟ ਆਈ 365 ਸਕੂਲਾਂ ਨੂੰ ਤਾਂ ਅਸੀਂ ਟੋਟਲੀ ਜਿਹਨੂੰ ਕਹਿੰਦੇ ਹਾਂ ਕਿ ਪੂਰੇ ਢਾਹ ਕੇ ਨਵਾਂ ਬਣਾਉਣਾ ਉਹ ਹੈ 1820 ਨਵੇਂ ਕਮਰੇ ਆ ਰਹੇ ਆ ਜੀ ਇਸ ਤੋਂ ਇਲਾਵਾ 200 ਕਰੋੜ ਜਿਹੜਾ ਅੱਜ ਤੱਕ ਪਿੱਛੇ ਬਜਟ ਹੀ ਨਹੀਂ ਕਦੀ ਖਰਚਿਆ ਗਿਆ ਪਿਛਲੀ ਸਾਲ ਮੈਂ ਤਾਂ ਉਹ ਵੀ ਜੋ ਪਿਛਲੀਆਂ ਸਾਲਾਂ 'ਚ ਉਹਨੇ ਨਹੀਂ ਖਰਚਿਆ ਪੈਸਾ ਉਹ ਵੀ ਖੁਰਚ ਕੇ ਉਹਨੂੰ ਸਕੂਲਾਂ 'ਤੇ ਲਾ ਰਿਹਾ ਅਤੇ ਜੇ ਦੇਖੀ ਚਲੋ ਆਉਣ ਵਾਲੇ 2-3 ਸਾਲਾਂ 'ਚ ਤੁਹਾਨੂੰ ਦਿਸੂਗਾ ਅਤੇ ਪਲੱਸ ਤੁਹਾਨੂੰ ਵੀ ਬੇਨਤੀ ਹੈ ਤੁਸੀਂ ਜੇ ਕਿਸੇ ਸਕੂਲ 'ਚ ਜਾਂਦੇ ਹੋ ਖਾਸ ਕਰਕੇ ਅੱਜ ਹੀ ਮੈਂ ਇਹ ਗੱਲ ਕੀਤਾ ਖਾਸ ਕਰਕੇ ਜਿਹੜੇ ਬਾਰਡਰ ਦੇ ਸਕੂਲ ਨੇ ਹਰਿਆਣੇ ਦੇ ਨਾਲ ਲੱਗਦੇ ਬਾਰਡਰ 'ਚ ਸਕੂਲ ਨੇ ਪਾਟਣ ਵਾਲੇ ਉਹਨਾਂ ਦੀ ਬਹੁਤ ਹੀ ਖਸਤਾ ਹਾਲਤ ਹੈ ਉਹਨਾਂ ਬੈਲਟਾਂ ਦੀ ਅਤੇ ਉਹਨਾਂ ਲਈ ਸਪੈਸ਼ਲ ਕੁਛ ਨਾ ਕੁਛ ਹੋਵੇ ਹਰਿੰਦਰ ਗਰੇਵਾਲ ਵਾਸਤੇ ਤੁਸੀਂ ਕੀ ਕਹਿਣਾ ਮੈਂ ਕਹੂੰਗਾ ਜੀ ਸਾਨੂੰ ਮਾਣ ਹੈ ਮੈਨੂੰ ਮਾਣ ਹੈ ਕਿ ਮੈਂ ਉਸ ਮਹਿਕਮੇ ਦਾ ਮੰਤਰੀ ਹਾਂ ਜਿੱਥੇ ਇੱਦਾਂ ਦੇ ਮੁਲਾਜ਼ਮ ਹਾਂ ਬਹੁਤ ਸ਼ਾਨਦਾਰ ਸਪੈਸ਼ਲ ਸਾਡੇ ਕੋਲ ਮੰਤਰੀ ਸਾਹਿਬ ਆਏ ਨੇ ਜੀ ਉਹਨਾਂ ਦੀ ਸਰਪ੍ਰਾਈਜ਼ ਵਿਜ਼ਿਟ ਸੀ ਅਤੇ ਬੜੀ ਖੁਸ਼ੀ ਹੋਈ ਜੀ ਬੜੇ ਮਤਲਬ ਕਿ ਸਾਨੂੰ ਉੱਥੇ ਲੱਗੇ ਨੇ ਵੀ ਮੰਤਰੀ ਸਾਹਿਬ ਨੇ ਉਹਨਾਂ ਨੇ ਭਰਾਵਾਂ ਵਾਂਗ ਸਾਡੇ ਨਾਲ ਵਾਰਤਾਲਾਪ ਕੀਤੀ ਮਤਲਬ ਕਿ ਵਿਚਾਰ ਵਟਾਂਦਰਾ ਕੀਤਾ ਬੜਾ ਅੱਛਾ ਲੱਗਿਆ ਬੜਾ ਹੌਸਲਾ ਮਿਲਿਆ ਜੀ ਅਤੇ ਕੰਮ ਕਰਨ ਦੀ ਬੜੀ ਪੋਜ਼ਿਟਿਵ ਐਨਰਜੀ ਮਿਲੀ ਸਾਨੂੰ ਤੁਹਾਡੇ ਕੀ ਮੰਗਾਂ ਸੀ ਜਿਹੜੇ ਹੈਗੇ ਇੱਥੇ ਜਿਵੇਂ ਸਪੋਰਟਸ ਨੂੰ ਲੈ ਕੇ ਜਾਂ ਸਕੂਲ ਨੂੰ ਲੈ ਕੇ ਸਾਡੇ ਮੰਗਣ ਤੋਂ ਪਹਿਲਾਂ ਹੀ ਸਰ ਨੇ ਆਪ ਹੀ ਕਹਿਤਾ ਜੀ ਇੱਥੇ ਆਹ ਚੀਜ਼ਾਂ ਕਰਨ ਵਾਲੀਆਂ ਤਾਂ ਅਸੀਂ ਆਪ ਕਰਾਂਗੇ ਸਾਡੇ ਮੰਗਣ ਤੋਂ ਬਿਨਾਂ ਸਰ ਨੇ ਆਪ ਹੀ ਦੇਖ ਕੇ ਚੀਜ਼ਾਂ ਨੂੰ ਕਿਹਾ ਵੀ ਮੈਂ ਤੁਹਾਡੇ ਕੋਲ ਐਸਟ੍ਰੋਟਰਫ ਦੀ ਜ਼ਰੂਰਤ ਆ ਵੀ ਅਸੀਂ ਐਸਟ੍ਰੋਟਰਫ ਦੀ ਜ਼ਰੂਰਤ ਵੀ ਪੂਰੀ ਕਰਾਂਗੇ ਸਪੋਰਟਸ ਹੋਸਟਲ ਦੇ ਵਾਸਤੇ ਅਸੀਂ ਵੀ ਤੁਹਾਨੂੰ ਗ੍ਰਾਂਟ ਦੇਵਾਂਗੇ ਤੁਸੀਂ ਹੋਸਟਲ ਬਣਾਓ ਵਿੰਗ ਬਣਾਓ ਇੱਥੇ ਅਸੀਂ ਰੈਡੀ ਹਾਂ ਅਤੇ ਇਨਫਰਾਸਟ੍ਰਕਚਰ ਵਾਸਤੇ ਵੀ ਸੀਨੀਅਰ ਸੈਕੰਡਰੀ ਸਕੂਲ ਬਣਾਉਣ ਵਾਸਤੇ ਵੀ ਸਰ ਨੇ ਸਾਨੂੰ ਕਿਹਾ ਵੀ ਅਸੀਂ ਸਾਰਾ ਕੁਛ ਆਪਣੇ ਆਪ ਕਰਾਂਗੇ ਆਸਟ੍ਰੋਟਰਫ ਦੀ ਤੁਸੀਂ
ਬਿਲਕੁਲ ਜੀ, ਐਸਟ੍ਰੋਟਰਫ ਦੀ ਅਸੀਂ ਰਿਕੁਐਸਟ ਕਰ ਰਹੇ ਸੀ ਸਮੂਹ ਚੇਅਰਮੈਨ ਸਾਹਿਬ ਵੱਲੋਂ, ਸਮੂਹ ਨਗਰ ਨਿਵਾਸੀਆਂ ਵੱਲੋਂ, ਅਤੇ ਉਹਨਾਂ ਨੇ ਕਿਹਾ ਜੀ ਜ਼ਰੂਰ ਜੋ ਹੋ ਸਕੂਗਾ ਅਸੀਂ ਵੱਧ ਤੋਂ ਵੱਧ ਕਰਾਂਗੇ। ਕਿੰਨਾ ਕੁ ਬੱਚਾ ਤੁਹਾਡੇ ਸਕੂਲ ਦਾ ਸਟੇਟ ਹੈ ਜਿਹੜਾ ਖੇਡ ਚੁੱਕਿਆ ਲੱਗਦਾ? ਇਸ ਵਾਰ ਸਾਡੇ ਸਕੂਲ ਦਾ ਲਗਭਗ 100 ਦੇ ਕਰੀਬ ਬੱਚਾ ਜੀ ਕਬੱਡੀ ਅਤੇ ਹਾਕੀ ਦੇ ਵਿੱਚ ਜਿਹੜਾ ਸਟੇਟ ਪੱਧਰ 'ਤੇ ਖੇਡਿਆ ਜੀ, ਅਤੇ ਸਾਡੇ ਦੇ ਸਾਰੇ ਨਗਰ ਲਈ ਅਤੇ ਸਾਡੇ ਸਾਰਿਆਂ ਦੇ ਲਈ ਮਾਣ ਦੀ ਗੱਲ ਹੈ ਜੀ, ਇਹ ਬਹੁਤ ਵੱਡੀ। ਉਹਨਾਂ ਨੇ ਇਹ ਵੀ ਕਿਹਾ ਵੀ ਜੇ ਸਾਰੀ ਮਤਲਬ ਅਧਿਆਪਕ ਤੁਹਾਡੇ ਵਾਂਗੂ ਕੰਮ ਕਰਨ ਤਾਂ ਲੱਗਦਾ ਵੀ ਜਿਹੜਾ ਹੈਗਾ ਕਾਇਆ ਕਲਪ ਹੋ ਸਕਦੀ ਆ, ਤੁਹਾਨੂੰ ਕਾਫੀ ਮਿਹਨਤ ਵੀ ਕੀਤੀ ਹੈ। ਹਾਂਜੀ ਬਿਲਕੁਲ ਜੀ, ਬੜੀ ਐਨਰਜੀ ਮਿਲਿਆ ਜੀ। ਫਸਟ ਐਜੂਕੇਸ਼ਨ ਮਿਨਿਸਟਰ ਜਿਹੜੇ ਸਾਡੇ ਸਕੂਲ ਦੇ ਵਿੱਚ ਆਏ ਨੇ, ਅਤੇ ਬਿਲਕੁਲ ਸਾਨੂੰ ਜਾਣਦੇ ਵੀ ਨਹੀਂ ਸੀ ਸਾਡੇ ਕੰਮ ਨੂੰ ਦੇਖ ਜਾਂ ਸੁਣ ਕੇ, ਅਤੇ ਸਾਨੂੰ ਬੜਾ ਹੌਸਲਾ ਮਿਲਿਆ, ਬੜੀ ਖੁਸ਼ੀ ਆਈ ਸਾਡੇ ਸਾਰੇ ਸਟਾਫ ਨੂੰ ਜੀ, ਸਾਰੇ ਨਗਰ ਨੂੰ ਜੀ, ਸਾਰੀ ਕਮੇਟੀ ਨੂੰ, ਬੜੇ ਅਸੀਂ ਸਾਰੇ ਖੁਸ਼ ਹਾਂ ਜੀ ਵੀ ਸਾਨੂੰ ਪੋਜ਼ਿਟਿਵ ਐਨਰਜੀ ਮਿਲੀ ਹੈ ਅਤੇ ਅਸੀਂ ਹੋਰ ਡਬਲ ਮਿਹਨਤ ਕਰਾਂਗੇ ਜੀ, ਅਤੇ ਅਸੀਂ ਆਪਣੇ ਸਕੂਲ ਨੂੰ ਅਤੇ ਆਪਣੇ ਨਗਰ ਨੂੰ ਮਤਲਬ ਕਿ ਇੰਟਰਨੈਸ਼ਨਲ ਲੈਵਲ ਤੱਕ ਲੈ ਕੇ ਜਾਵਾਂਗੇ ਜੀ। ਹੁਣ ਤੱਕ ਤੁਸੀਂ ਸਕੂਲ 'ਤੇ ਕਿੰਨੇ ਕੁ ਪੈਸੇ ਜਿਹੜੇ ਖਰਚ ਕਰਦੇ ਹੋ? ਤੁਹਾਡੇ ਵੱਲੋਂ ਜਾਂ ਪਿੰਡ ਵਾਸੀਆਂ ਦੇ ਸਹਿਯੋਗ ਵੱਲੋਂ ਜਾਂ ਹੋਰ ਫਰੈਂਡ ਸਰਕਲ ਸਰਕਲ 'ਚੋਂ ਵੀ ਜਾਂ ਤੁਹਾਡੀ ਆਪਣੀ ਜੇਬ 'ਚੋਂ ਕਿੰਨੇ ਪੈਸੇ ਸਕੂਲ ਦੀ ਡਿਵੈਲਪਮੈਂਟ 'ਤੇ ਲਗਾ ਦਿੱਤੇ? ਇਹ ਮੇਰਾ 5ਵਾਂ ਸਕੂਲ ਆ ਜੀ, ਪਹਿਲਾਂ 4 ਸਕੂਲ ਕਰਕੇ ਆਇਆ, ਲਗਭਗ 2 ਕਰੋੜ ਦੇ ਨੀਅਰ ਅਬਾਊਟ ਅਸੀਂ ਡੋਨੇਸ਼ਨ ਕਲੈਕਟ ਕਰਕੇ ਲਾ ਚੁੱਕੇ ਹਾਂ ਜੀ, ਅਤੇ ਇਹ ਮੇਰਾ ਨਹੀਂ, ਮੈਂ ਕੰਮ ਕਹਿ ਸਕਦਾ ਜੀ, ਪੂਰੀ ਟੀਮ ਦਾ ਕੰਮ ਆ ਜੀ ਇਹ, ਜਿੱਥੇ ਜਿੱਥੇ ਵੀ ਰਿਹਾ ਸਮੂਹ ਸਟਾਫ, ਨਗਰ ਨਿਵਾਸੀ, ਸਾਡੇ ਬੱਚੇ, ਜਿੰਨੇ ਵੀ ਬੰਦੇ ਨਾਲ ਜੁੜੇ ਹੋਏ ਨੇ ਸਾਰਿਆਂ ਦਾ ਸਹਿਯੋਗ ਆ ਜੀ, ਅਤੇ ਸਹਿਯੋਗ ਨਾਲ ਇਹ ਚੀਜ਼ ਬਣੀ ਆ ਜੀ, ਹਰ ਬੰਦਾ ਆਪੋ ਆਪਣੀ ਡਿਊਟੀ ਨਿਭਾ ਰਿਹਾ। ਰੀਸੈਂਟ ਜਿਵੇਂ ਤੁਸੀਂ ਦੇਖ ਰਹੇ ਸਾਡੇ ਕੋਲ ਜਨਰੇਟਰ ਆਇਆ 2 ਲੱਖ ਦੀ ਕੋਸਟ, ਉਹਨਾਂ ਵੱਲੋਂ ਸਾਨੂੰ ਦਿੱਤਾ ਗਿਆ ਤਾਂ ਅਸੀਂ ਧੰਨਵਾਦ ਕਰਦੇ ਹਾਂ ਉਹਨਾਂ ਦਾ। ਜਿੱਦਾਂ ਕਮਲਜੀਤ ਸਿੰਘ ਪੂਨੀਆ ਨੇ ਰੀਸੈਂਟ ਸਾਨੂੰ 5 ਲੱਖ ਰੁਪਇਆ ਟਰਾਂਸਪੋਰਟ ਵਾਸਤੇ ਦਿੱਤਾ।